सत श्रीकाल जी, मैं हाँ कोमल कपूर, तुसीं देख रहे हो चैनल पंजाबी। कैनेडा दे विच जिथे भारी मीह पैण दे नाल लोकां नूं गर्मी तों राहत मिली, तां उत्थे ही भारी मीह दे कारण GTA दे कई खेतर प्रभावित भी होए ने। सोमवार शाम नूं मीह दे नाल GTA दे कई हिस्सिआं दे विच पानी भर गया, जिस दे नाल डोन वैली पार्कवे दे कुछ हिस्से दोबारा डुब गए अते आवाजाई भी काफी हद तक प्रभावित होई। सोमवार शाम नूं GTA दे विच काफी भारी मीह पिआ, जिस नाल डोन वैली पार्कवे दे कुछ हिस्से दोबारा डुब गए ने। टोरंटो पुलिस ने दोपहर 4:30 बजे दे नेड़े तेरे डीवी पी दे दक्षण वल दे हिस्से विच डोन मिल्स रोड नेड़े पानी भरन दी सूचना दित्ती गई। उन्होंने एक्स उत्ते पोस्ट करके ड्राइवरां नूं खेतर विच सावधानी दे नाल गड्डी चलाउण दी वी अपील कीती है। DVP ਦੇ ਹੋਰ ਹਿੱਸਿਆਂ ਦੇ ਵਿੱਚ ਵੀ ਬੀ ਏ ਐਵੈਨਿਊ ਅਤੇ ਬਲੌਰ ਸਟਰੀਟ ਪਰੇ ਦੱਖਣ ਵੱਲ ਜਾਣ ਵਾਲੀ ਲਾਈਨ ਉੱਤੇ ਅਤੇ ਗਾਰਡੀਨਰ ਐਕਸਪ੍ਰੈਸ ਨੇੜੇ ਖੱਬੇ ਪਾਸੇ ਵੀ ਪਾਣੀ ਭਰਨ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਡੁਨਾਸ ਸਟਰੀਟ ਨੇੜੇ ਉੱਤਰ ਵੱਲ ਜਾਣ ਵਾਲੀ ਸੜਕ ਅਤੇ ਆਨ ਰੈਂਪ ਵੀ ਪਾਣੀ ਹੇਠ ਆ ਗਈ। ਇਸ ਦੇ ਨਾਲ ਹੀ ਪ੍ਰਭਾਵਿਤ ਹਿੱਸੇ ਸ਼ਾਮ 6:30 ਵਜੇ ਦੇ ਨੇੜੇ ਤੇੜੇ ਦੁਬਾਰਾ ਖੁੱਲ੍ਹਣ ਲੱਗ ਪਏ ਅਤੇ ਪੁਲਿਸ ਨੇ 7:40 ਉੱਤੇ ਆਪਣੀ ਸ਼ੁਰੂਆਤੀ ਚੇਤਾਵਨੀ ਵਾਪਸ ਲੈ ਲਈ। ਇਸ ਦੇ ਦੌਰਾਨ ਕੈਨੇਡਾ ਨੇ ਟੋਰਾਂਟੋ ਦੇ ਲਈ ਇੱਕ ਰੈਨਫਾਲ ਚੇਤਾਵਨੀ ਜਾਰੀ ਕੀਤੀ ਸੀ, ਜਿਹਦੇ ਵਿੱਚ ਸਥਾਨਕ ਤੌਰ ਉੱਤੇ 30 ਤੋਂ 50 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ, ਜਦੋਂ ਕਿ ਕੁਝ ਹਿੱਸਿਆਂ ਦੇ ਵਿੱਚ 75 ਮਿਲੀਮੀਟਰ ਤੱਕ ਹੋ ਸਕਦਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਕਿ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ਇੱਕ ਪੂਰੇ ਖੇਤਰ ਵਿੱਚ ਨਾ ਹੋ ਕੇ ਕੁਝ ਹਿੱਸਿਆਂ ਵਿੱਚ ਵੀ ਹੋਵੇਗਾ ਅਤੇ ਘੱਟ ਹਿੱਸਿਆਂ ਵਿੱਚ ਜਲ ਭਰਾ ਦੀ ਸੰਭਾਵਨਾ ਹੈ। ਚੇਤਾਵਨੀ ਸੋਮਵਾਰ ਸ਼ਾਮ 8 ਵਜੇ ਤੱਕ ਖਤਮ ਹੋ ਗਈ ਹੈ। ਮਿਸੀਸਾਗਾ ਅਤੇ ਬ੍ਰੈਂਪਟਨ ਦੇ ਲਈ ਜਾਰੀ ਹੋਈਆਂ ਇਹਨਾਂ ਚੇਤਾਵਨੀਆਂ ਵੀ ਸ਼ਾਮ ਤੱਕ ਖਤਮ ਹੋ ਗਈਆਂ ਨੇ। ਹਫ਼ਤੇ ਦੇ ਆਖਰੀ ਦੌਰਾਨ ਕੈਨੇਡਾ ਨੇ ਕਿਹਾ ਕਿ ਲੰਬੇ ਸਪਤਾਹ ਵਿੱਚ ਧੀਮੀ ਗਤੀ ਵਾਲੀਆਂ ਥੰਡਰਸਟ੍ਰੋਮਾਂ ਦੇ ਕਾਰਨ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਹਾਲਾਂਕਿ ਮੌਸਮ ਮੰਗਲਵਾਰ ਤੱਕ ਸਾਫ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ GTA ਦੇ ਬਾਹਰ ਕੈਨੇਡਾ ਨੂੰ ਪੂਰਬੀ ਨਿਆਗਰਾ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਦਰਖਤਾਂ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਦੀਆਂ ਸੂਚਨਾਵਾਂ ਮਿਲੀਆਂ, ਜਿਹਦੇ ਵਿੱਚ ਟੋਰਨੈਡੋ ਵਰਗੀਆਂ ਸਥਿਤੀਆਂ ਦੀ ਵੀ ਰਿਪੋਰਟ ਹੈ। ਅਤੇ ਪਰਿਵਰਤਨ ਵਿਗਿਆਨੀ ਲੁਕਸ ਐਲੈਕਸੋਪੋਲਸ ਨੇ ਨੋਟ ਕੀਤਾ ਹੈ ਕਿ ਹਾਲਾਂਕਿ ਇਹ ਟੋਰਨੈਡੋ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਲਈ ਜ਼ਮੀਨੀ ਸਰਵੇ ਕਰਨ ਦੀ ਲੋੜ ਹੋਵੇਗੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।